हाँ जी दोस्तों, स्वागत है तुहाडा मनवर फिटनेस ते। एक बार फिर तो एक नवे टॉपिक ते नवी वीडियो लेके तुहाडे लई हाजिर हाँ। आस करदा सारे ठीक ठाक हो। पिछले 8 महीनों तो मैं जिहड़ा है एक नवा तजर्बा कैंसर ते शुगर नाल रिलेटड तुहाडे नाल सांझा कीता सी कुछ इंटरव्यूज़ दे विच, ते अपने पेज तो प्रॉपरली मैं नहीं शेयर कर पा रहा क्योंकि उस तो बाद ऑनलाइन ट्रेनिंग ते जिम दे शेड्यूल दे विच काफ़ी ज़्यादा बिजी हो गया सी। ते हुण मैं कोशिश करना किवें ना किवें समां कढ के तुहाडे रूबरू होवां ते ਇਹ ਜਿਹੜੇ ਨਿੱਜੀ ਤਜਰਬੇ ਨੇ ਜਾਂ ਜਿੰਨੀ ਕੁ ਸਟੱਡੀ ਕੀਤੀ ਆ ਹੁਣ ਤੱਕ ਉਹ ਤੁਹਾਡੇ ਨਾਲ ਸਾਂਝੀ ਕਰਾਂ। ਅਤੇ ਗੱਲ ਕਰਦੇ ਹਾਂ ਕੈਂਸਰ ਨੂੰ ਜਿਹੜਾ ਹੈ ਕਿਸ ਤਰ੍ਹਾਂ ਪ੍ਰੀਵੈਂਟ ਕੀਤਾ ਜਾਂਦਾ ਅਤੇ ਕਿਸ ਤਰ੍ਹਾਂ ਜਿਹੜਾ ਹੈ ਇਹਦੇ ਲਈ ਕਿਹੜੀ ਖੁਰਾਕ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਅਸੀਂ ਅਕਸਰ ਸੁਣਿਆ ਕਿ ਐਲਕੇਲਾਈਨ ਪਾਣੀ ਜਾਂ ਐਲਕੇਲਾਈਨ ਖੁਰਾਕ ਕੈਂਸਰ ਦੇ ਸੈਲਸ ਨੂੰ ਜਿਹੜੀ ਆ ਉਹਦੀ ਗਰੋਥ ਨੂੰ ਰੋਕਦੀ ਹੈ ਅਤੇ ਖਤਮ ਕਰਨ ਦੇ ਵਿੱਚ ਵੀ ਕਾਫੀ ਹੈਲਪ ਕਰਦੀ ਹੈ। ਐਲਕੇਲਾਈਨ ਡਾਈਟ ਦੇ ਵਿੱਚ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਰੋ ਫੂਡ ਦੇ ਵਿੱਚ, ਰੋ ਫੂਡ ਬੇਸਿਕਲੀ ਕੀ ਹੈ? ਕੱਚਾ ਖਾਣਾ। ਕੁਦਰਤ ਜਿਹੜੀ ਫਾਰਮ ਦੇ ਵਿੱਚ ਸਾਨੂੰ ਖਾਣ ਨੂੰ ਦਿੰਦੀ ਹੈ ਉਸੇ ਫਾਰਮ ਦੇ ਵਿੱਚ ਜੇਕਰ ਅਸੀਂ ਉਸ ਨੂੰ ਗ੍ਰਹਿਣ ਕਰਦੇ ਹਾਂ ਜਿਹੜੀਆਂ ਚੀਜ਼ਾਂ ਅਸੀਂ ਖਾ ਸਕਦੇ ਹਾਂ ਤਾਂ ਉਹਦੇ ਨਾਲ ਸਾਡਾ ਸੰਪੂਰਨ ਤੌਰ 'ਤੇ ਫਾਇਦਾ ਹੁੰਦਾ ਹੈ ਕਿਉਂਕਿ ਸਾਡੀ ਇਮਿਊਨਿਟੀ ਜਿਹੜੀ ਰੋਗਾਂ ਨਾਲ ਲੜਨ ਦੀ ਸ਼ਕਤੀ ਆ ਉਹ ਪੂਰੀ ਬੂਸਟ ਅਪ ਹੁੰਦੀ ਆ। ਅਤੇ ਇਹ ਵੀ ਦੇਖਿਆ ਕਿ ਜੇਕਰ ਸਾਨੂੰ ਕੋਈ ਹਲਕੀ ਜਿਹੀ ਸੱਟ ਲੱਗ ਜਾਏ, ਕੋਈ ਫੁਣਸੀ ਨਿਕਲਿਆ ਹੋਵੇ ਤਾਂ ਕੁਝ ਕੁ ਦਿਨਾਂ ਦੇ ਵਿੱਚ ਆਪਣੇ ਆਪ ਹੀ ਉਹ ਸਪਰੈਸ ਹੋ ਜਾਂਦੀ ਹੈ। ਈਵਨ ਬੁਖਾਰ ਵੀ 2 ਦਿਨਾਂ ਦੇ ਵਿੱਚ ਜੇਕਰ ਤੁਸੀਂ ਕਿਸੇ ਵੱਡੇ ਵਾਇਰਸ ਤੋਂ ਪੀੜਿਤ ਨਹੀਂ ਹੈਗੇ ਉਹ ਵੀ ਆਪਣੇ ਆਪ ਸਪਰੈਸ ਹੋ ਜਾਂਦਾ। ਤਾਂ ਚੰਗੀ ਖੁਰਾਕ ਜਿਹੜੀ ਕੁਦਰਤੀ ਖੁਰਾਕ ਆ ਉਹ ਸਾਡੀਆਂ ਬਿਮਾਰੀਆਂ ਨੂੰ ਮਾਤ ਪਾਉਣ ਦੇ ਵਿੱਚ ਬਹੁਤ ਹੈਲਪ ਕਰਦੀ ਆ। ਅਤੇ ਹੁਣ ਆਪਾਂ ਗੱਲ ਕਰਨੀ ਆ ਐਲਕੇਲਾਈਨ ਡਾਈਟ ਜਾਂ ਹਰੀਆਂ ਸਬਜ਼ੀਆਂ। ਹਰੀਆਂ ਸਬਜ਼ੀਆਂ ਨਾਲ ਸੰਬੰਧਿਤ ਇੱਕ ਬਹੁਤ ਸੋਹਣੀ ਰਿਸਰਚ ਵੈਸੇ 1997 ਦੇ ਵਿੱਚ ਹੋ ਚੁੱਕੀ ਹੈ। ਪ੍ਰੋਫੈਸਰ ਪੌਲ ਟੈਲੇਲੇ ਨੇ US ਦੇ ਵਿੱਚ ਜਿਹੜੀ ਹੈ ਇਹ ਪ੍ਰਸਤਾਵ ਰੱਖਿਆ ਸੀ। ਅਨਫੋਰਚੁਨੇਟਲੀ ਮੈਡੀਕਲ ਪ੍ਰੋਫੈਸ਼ਨ ਜਿੱਥੋਂ 4 ਪੈਸੇ ਨਹੀਂ ਬਣਦੇ ਉਹਨੂੰ ਨਕਾਰ ਦਿੰਦੇ ਨੇ। ਚਲੋ ਆਪਾਂ ਕਿਸੇ ਦੀ ਨਿੰਦਿਆ ਕਰਕੇ ਅੱਗੇ ਨਹੀਂ ਆਉਣਾ, ਗੱਲ ਕਰਦੇ ਹਾਂ ਕਰੂਸੀਫੈਰਸ ਵੈਜੀਟੇਬਲਸ। ਕਰੂਸੀਫੈਰਸ ਉਹ ਇੱਕ ਕੈਟੇਗਰੀ ਹੁੰਦੀ ਹੈ ਜਿਹਦੇ ਵਿੱਚ ਆਪਾਂ 4 ਤਰ੍ਹਾਂ ਦੀਆਂ ਮੇਨ ਸਬਜ਼ੀਆਂ ਨੂੰ ਗਿਣਦੇ ਹਾਂ ਜਿਹਦੇ 'ਚ ਬਰੋਕਲੀ ਆ ਗਈ, ਹਰੀ ਗੋਭੀ, ਫਿਰ ਕੌਲੀਫਲਾਵਰ ਜਿਹੜੀ ਆਪਣੇ ਆਮ ਗੋਭੀ ਮਿਲਦੀ ਆ, ਕੈਬੇਜ ਪੱਤਾ ਗੋਭੀ ਆ ਗਈ, ਜਾਂ ਕੈਲ। ਕੈਲ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਘੱਟ ਅਵੇਲੇਬਲ ਹੁੰਦੀ ਆ, ਬਾਹਰਲੀਆਂ ਕੰਟਰੀ 'ਚ ਈਜ਼ੀਲੀ ਮਿਲ ਜਾਂਦੀ ਆ। ਤਾਂ ਹੁਣ ਇਹਨਾਂ ਦੇ ਬੀਜਾਂ ਨੂੰ ਪੁੰਗਰ ਕੇ ਜੇ ਅਸੀਂ 3 ਤੋਂ 4 ਦਿਨਾਂ ਦਾ ਪ੍ਰੋਸੈਸ ਹੁੰਦਾ, ਜੇ ਪੁੰਗਰ ਕੇ ਉਹਨਾਂ ਨੂੰ ਅਸੀਂ ਸਪਰਾਊਟਸ ਬਣਾ ਕੇ ਖਾਂਦੇ ਹਾਂ ਤਾਂ ਇਹ ਮੰਨਿਆ ਜਾਂਦਾ ਕਿ ਉਹਦੇ ਵਿੱਚ ਇੱਕ ਕੈਮੀਕਲ ਹੁੰਦਾ ਸਲਫੋਰਾਫੇਨ ਨਾਮ ਦਾ। ਅੱਜ ਉਹ ਮੈਂ ਤੁਹਾਨੂੰ ਸਮਝਾਉਣਾ। ਬਰੋਕਲੀ ਸਪਰਾਊਟਸ ਟੌਪਿਕ ਆਪਾਂ ਰੱਖਿਆ ਗਾ। ਕਰੂਸੀਫੈਰਸ ਜਿਹੜੀ ਆ ਸਬਜ਼ੀਆਂ ਇਹ 4 ਤਰ੍ਹਾਂ ਦਾ ਮੈਂ ਤੁਹਾਨੂੰ ਦੱਸਤਾ ਇਹਦੇ ਵਿੱਚ ਹੁੰਦਾ। ਸਲਫੋਰਾਫੇਨ ਨਾਮ ਦਾ ਇਹਦੇ ਵਿੱਚ ਕੈਮੀਕਲ ਪਾਇਆ ਜਾਂਦਾ ਅਤੇ 100 ਗੁਣਾ ਜ਼ਿਆਦਾ ਪੋਟੈਂਟ ਹੁੰਦਾ, ਅਸਰਦਾਰ ਹੁੰਦਾ, 100 ਗੁਣਾ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਇੱਕ ਬਾਲਗ ਪੌਦੇ ਦੇ ਕੰਪੈਰੇਟਿਵਲੀ। ਇੱਕ ਜਿਹੜਾ ਆਮ ਪੌਦਾ ਜਿਹਦੇ 'ਚ ਪੱਤੇਦਾਰ ਮਤਲਬ ਕੋਈ ਵੀ ਪਲਾਂਟ ਆ ਜਿਸ 'ਚ ਸਲਫੋਰਾਫੇਨ ਪਾਇਆ ਜਾਂਦਾ ਉਹਦੇ ਨਾਲ 100 ਗੁਣਾ ਜ਼ਿਆਦਾ ਮਾਤਰਾ ਦੇ ਵਿੱਚ ਸਲਫੋਰਾਫੇਨ ਬਰੋਕਲੀ ਅਤੇ ਕੈਬੇਜ ਦੇ ਸੀਡਸ ਦੇ ਵਿੱਚ ਪਾਇਆ ਜਾਂਦਾ ਜਿਹੜਾ ਕਿ ਕਾਰਸੀਨੋਜਨ ਡਿਸਟੋਕਸੀਫਾਈਂਗ ਐਨਜ਼ਾਈਮਸ ਪੈਦਾ ਕਰਦਾ। ਕਾਰਸੀਨੋਜਨ ਕੈਂਸਰ ਨਾਲ ਰਿਲੇਟਡ ਜਿਹੜੇ ਪ੍ਰੋਸੈਸ ਆ, ਜਿਹੜਾ ਕੈਂਸਰ ਦੇ ਸੈਲਸ ਦੀ ਗਰੋਥ ਆ ਉਹਨੂੰ ਬੋਲਿਆ ਜਾਂਦਾ, ਉਹਨੂੰ ਖਤਮ ਕਰਦਾ। ਉਹ ਐਨਜ਼ਾਈਮਸ ਜਿਹੜੇ ਉਹਦੇ 'ਚੋਂ ਉਪਜਦੇ ਆ ਸਲਫੋਰਾਫੇਨ ਦੇ ਵਿੱਚੋਂ ਕੈਂਸਰ ਦੇ ਸੈੱਲਾਂ ਨੂੰ ਮਾਰਨ ਦੇ ਲਈ, ਜਿਹੜੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ। ਜੇਕਰ ਤੁਸੀਂ ਬਰੋਕਲੀ ਜਾਂ ਕੌਲੀਫਲਾਵਰ ਜਾਂ ਪੱਤਾ ਗੋਭੀ ਦੀ ਸਬਜ਼ੀ ਖਾਂਦੇ ਹੋ ਉਹਦੇ ਨਾਲੋਂ 10 ਗੁਣਾ ਜ਼ਿਆਦਾ ਕੱਚੀ ਖਾਧੀ ਦਾ ਫਾਇਦਾ ਸਾਨੂੰ ਜਿਹੜਾ ਹੈ ਮੰਨਿਆ ਜਾਂਦਾ ਹੈ। ਅਤੇ ਬਹੁਤ ਲੋਕਾਂ ਦਾ ਇਹ ਸਵਾਲ ਕੀਤਾ ਜਾਂਦਾ ਕਿ ਪੱਤਾ ਗੋਭੀ ਦੇ ਵਿੱਚ ਇੱਕ ਕੀੜਾ ਪਾਇਆ ਜਾਂਦਾ ਜਿਹੜਾ ਦਿਮਾਗ ਦੇ ਵਿੱਚ ਜਾ ਕੇ ਸਾਡੇ ਅਸਰ ਕਰ ਦਿੰਦਾ, ਇਹ ਕੁਛ ਨਹੀਂ, ਇਸ ਤਰ੍ਹਾਂ ਦੀ ਕੋਈ ਧਾਰਨਾ ਨਹੀਂ ਹੈਗੀ। ਜੇ ਇਹ ਹੋਵੇ ਵੀ ਸਰਕਾਰਾਂ ਨਾਲ ਦੀ ਨਾਲ ਇਹਨੂੰ ਬੈਨ ਕਰ ਦੇਣ, ਅਤੇ ਬਹੁਤੇ ਲੋਕਾਂ ਦੇ ਖਾਣੇ ਦਾ ਜਿਹੜਾ ਮੇਨ ਆਹਾਰ ਹੀ ਪੱਤਾ ਗੋਭੀ ਹੁੰਦੀ ਆ। ਚਲੋ ਉਹ ਗੱਲ ਪਾਸੇ ਰਹਿ ਗਈ। ਕੱਚੇ ਖਾਣੇ ਦੇ ਵਿੱਚ 10 ਗੁਣਾ ਜ਼ਿਆਦਾ ਮਾਤਰਾ ਹੁੰਦੀ ਹੈ ਸਲਫੋਰਾਫੇਨ ਦੀ, ਅਤੇ ਜੇ ਬੀਜਾਂ ਦੇ ਸਪਰਾਊਟਸ ਦੀ ਗੱਲ ਕਰੀਏ ਉਹਦੇ ਵਿੱਚ 100 ਗੁਣਾ ਜ਼ਿਆਦਾ ਮਾਤਰਾ ਹੁੰਦੀ ਆ ਸਲਫੋਰਾਫੇਨ ਦੀ। ਤਾਂ ਇਹਦੇ ਨਾਲ ਕੀ ਹੈ, ਕਰਸੀਨੋਜੈਨਿਕ ਡਿਟੋਕਸੀਫਾਈਂਗ ਐਨਜ਼ਾਈਮਸ ਪੈਦਾ ਹੁੰਦੇ ਆ ਬੋਡੀ 'ਚ ਜਾ ਕੇ। ਇਹਦੇ ਨਾਲ ਕੀ ਹੈ, ਐਪੋਪਟੋਸਿਸ ਦਾ ਪ੍ਰੋਸੈਸ ਸ਼ੁਰੂ ਹੋ ਜਾਂਦਾ। ਐਪੋਪਟੋਸਿਸ ਦਾ ਮਤਲਬ ਕੀ ਹੁੰਦਾ, ਸੈੱਲਾਂ ਦੀ ਮੌਤ, ਸੈੱਲਾਂ ਦਾ ਜਿਹੜਾ ਹੈ ਮਰਨਾ ਸ਼ੁਰੂ ਹੋ ਜਾਂਦਾ। ਸਿੰਪਲੀ ਦੋਸਤੋ ਤੁਹਾਨੂੰ ਸਧਾਰਨ ਸ਼ਬਦਾਂ ਦੇ ਵਿੱਚ ਜੇਕਰ ਮੈਂ ਕਹਾਂ ਕਿ ਉਹ ਖੁਰਾਕ ਜਿਹੜੀ ਕੁਦਰਤ ਨੇ ਸਾਡੇ ਲਈ ਬਣਾਈ ਆ ਐਜ਼ ਇਟ ਇਜ਼, ਜੇ ਉਹਨੂੰ ਅਸੀਂ ਖਾਂਦੇ ਹਾਂ, ਚੰਗੇ ਹੈਲਦੀ ਸੈਲਸ ਸਾਡੀ ਬੋਡੀ ਦੇ ਵਿੱਚ ਜਿਹੜੇ ਆ ਪ੍ਰੋਡਿਊਸ ਹੁੰਦੇ ਆ, ਅਤੇ ਉਹ ਆਪਣੇ ਆਪ ਜਾ ਕੇ ਜਿਹੜੇ ਗਲਤ ਜਾਂ ਜ਼ਹਿਰੀਲੇ ਟੌਕਸਿਕ ਸੈਲਸ ਨੇ ਜਿਹੜੇ ਉਹਨਾਂ ਨੂੰ, ਜਿਹੜੇ ਕੈਂਸਰ ਦੇ ਸੈਲਸ ਨੇ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ।
ਬਹੁਤੀਆਂ ਸਟੱਡੀਜ਼ ਇਹਦੇ ਉੱਤੇ ਹੋ ਚੁੱਕੀਆਂ ਅਤੇ ਬਹੁਤੇ ਕੈਂਸਰ ਸਰਵਾਈਵਰ ਬੈਠੇ ਆ ਸਾਰੀ ਦੁਨੀਆ ਦੇ ਵਿੱਚ, ਅਤੇ ਜਿਹੜੇ ਕਿ ਆ ਅੱਜ ਵੀ ਵਧੀਆ ਲਾਈਫ ਜਿਉਂ ਰਹੇ ਨੇ, ਕਿਆ ਦੇ ਨਾਲ, ਇੱਕ ਚੰਗੀ ਖੁਰਾਕ ਦੇ ਨਾਲ। ਅਤੇ ਬਾਕੀ ਚਲੋ ਮੈਂ ਕਿਸੇ ਨੂੰ ਵੀ ਕੋਈ ਦਵਾਈ ਬੰਦ ਕਰਨ ਲਈ ਨਹੀਂ ਕਹਿੰਦਾ ਹੁੰਦਾ, ਜੋ ਵੀ ਹੈ ਆਪਾਂ ਕਿਸੇ ਦਾ ਵਿਰੋਧ ਨਹੀਂ ਕਰਨਾ, ਪਰ ਇੱਕ ਗੱਲ ਜ਼ਰੂਰ ਹੈ ਕਿ ਤੁਹਾਡੇ ਸਭ ਦੇ ਸਾਹਮਣੇ ਹੁੰਦਾ ਜੋ ਕੁਛ ਹੁੰਦਾ ਕਿ ਇਹ ਖੁਰਾਕ ਖਾਣ ਨਾਲ ਸਾਨੂੰ ਖੁਦ ਵੀ ਜਿਹੜਾ ਹੈ 15 ਤੋਂ 20 ਦਿਨਾਂ ਦੇ ਵਿੱਚ ਫੀਲ ਹੋਣ ਲੱਗ ਜਾਂਦਾ। ਹਾਂ, ਜੇਕਰ ਅਸੀਂ ਸਵਾਦ ਦੇ ਮਗਰ ਜਾਣਾ ਹੁੰਦਾ, ਬਹੁਤੇ ਲੋਕ ਸਵਾਦ ਕਰਕੇ ਇਹਨਾਂ ਚੀਜ਼ਾਂ ਨੂੰ, ਹਰੇ ਪੱਤੇਦਾਰ ਸਬਜ਼ੀਆਂ ਨੂੰ ਖਾਣਾ ਛੱਡ ਦਿੰਦੇ ਨੇ, ਇਹ ਕਹਿ ਕੇ ਕਿ ਘਾਹ ਫੂਸ ਖਾ ਕੇ ਅਸੀਂ ਨਹੀਂ ਜਿਉਂਦੇ ਰਹਿ ਸਕਦੇ, ਸਾਡਾ ਟੇਸਟ ਬਿਨਾਂ ਨਹੀਂ ਸਰਦਾ। ਤਾਂ ਦੋਸਤੋ ਸਿੰਪਲੀ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਨਾਲ ਵੀ ਸਾਂਝੀ ਕਰਨੀ, ਹੋ ਸਕਦਾ ਕਿਸੇ ਦਾ ਫਾਇਦਾ ਹੋ ਸਕੇ। ਕੀ ਹੈ, ਬਰੋਕਲੀ ਦੇ ਬੀਜ ਅਤੇ ਨਾਲ ਤੁਸੀਂ ਗੋਭੀ ਦੇ ਬੀਜ ਵੀ ਮਿਕਸ ਕਰ ਸਕਦੇ ਹੋ, ਉਹਨਾਂ ਨੂੰ ਸਪਰਾਊਟ ਕਰਕੇ ਜਿਹੜਾ ਹੈ ਤੁਸੀਂ ਖਾਣਾ ਗਾ। ਔਨਲਾਈਨ ਵੀ ਬਰੋਕਲੀ ਸੀਡਸ ਮਿਲ ਜਾਂਦੇ ਨੇ, ਜਾਂ ਤੁਸੀਂ ਕਿਸੇ ਵੀ ਸ਼ੋਰੂਮ ਜਾਂ ਬੀਜਾਂ ਦੀ ਦੁਕਾਨ ਤੋਂ ਮੰਗਵਾ ਸਕਦੇ ਹੋ, ਇਹਦੇ ਨਾਲ ਤੁਹਾਡਾ ਬਹੁਤ ਵਧੀਆ ਫਾਇਦਾ ਹੋਣਾ। ਅਤੇ ਜੇਕਰ ਜਾਣਕਾਰੀ ਚੰਗੀ ਲੱਗੀ ਆਪਣੇ ਸਕੇ ਸੰਬੰਧੀਆਂ ਨਾਲ ਵੀ ਸ਼ੇਅਰ ਕਰਨੀ। ਧੰਨਵਾਦ।